स्वागत है किसान वीरो तुहाडा सिदक डेयरी फार्मिंग दे विच। किसान वीरो अज फिर तुहानू वीडियो जिहड़ी दिखाउणी आ ओह बरगाड़ी दे विचों, इहनू तहसील जैतो पैंदी आ ते जिला फरीदकोट आ, रोड दे उत्ते पिंड आ ते रोड दोस्तों इह हैगा बाजे खाने नू जांदा है कोटकपूरे तों। सो बरगाड़ी दे विचों वीडियो ते इस घर च वीर काफ़ी सोहणे पशु लिआउंदे आ कट्टियां झोटियां ਤੇ ਹੁਣ ਨਾਲ ਕੁਝ ਟਾਈਮ ਤੋਂ ਟੋਕੜ ਕੱਬਣ ਮੱਝਾਂ ਵੀ ਜਿਹੜੀਆਂ ਲਿਆਉਣੀਆਂ ਸ਼ੁਰੂ ਕਰਤੀਆਂ ਤੇ ਮੱਝਾਂ ਵੀ ਜਿਹੜੀਆਂ ਆ ਰਹੀਆਂ ਦੋਸਤੋ, ਜਿਵੇਂ ਮੈਂ ਪਹਿਲਾਂ ਗੱਲ ਕਰਦਾ ਨਾ ਵੀ ਝੋਟੀਆਂ ਸਨੱਖੀਆਂ ਆਉਂਦੀਆਂ ਤੇ ਉਹ ਵੀ ਸੋਹਣੇ ਪਸ਼ੂ ਵੀਰ ਖਰੀਦ ਰਹੇ ਆ। ਇਹ ਵੀ ਤੁਸੀਂ ਸਾਹਮਣੇ ਇੱਕ ਝੋਟੀ ਦੇਖੋਗੇ ਜਿਹੜੀ ਕੱਬਣ ਹੈ ਟੋਕੜ ਕੱਬਣ, ਇਹ ਵੀ ਸੋਹਣੇ ਟਾਂਚੇ ਦੀ ਇਹਨਾਂ ਨੇ ਖਰੀਦੀ ਆ। ਸੋ ਡਿਟੇਲ ਪੁੱਛਦੇ ਆ, ਤਿੰਨ ਨਾਗ ਵਿਕਰੀ ਵਾਲੇ ਆ, ਜਿਹੜਾ ਪਸ਼ੂ ਤੁਹਾਨੂੰ ਚੰਗਾ ਲੱਗੇ ਉਹੀ ਖਰੀਦ ਲਓ, ਜੇ ਨੰਬਰ 22 ਦਾ ਸਕਰੀਨ ਤੇ ਚੱਲੂ। ਆਓ ਵੀਰ ਨਾਲ ਗੱਲਬਾਤ ਕਰਦੇ ਆ। बिलकुल कुंडे करूगी, पिट पुड़ा बहुत सोहना, थन चार ते चारे निखड़वे है, जो रुकदी उ जाके तो उदो थानू ए थन भी दिखा दूंगा। सिंह कुंडा दिखा रही है बिलकुल। सो ये दोस्तों पहले नंबर ते जिहड़ी झोटी थानू दिखा रहे हैं, ए रेट 26,000 बई ने किया, 19 महीने यदी उम्र है, डेढ़ साल तो एक महीना उत्ते पिटपुड़ा देख सकते हो। थन दिखाएंगे तो अभी दिखा दो, थन थानू दोस्तों दिखाना है, चारे थन तुम निखड़वे देख रहे हो, तो सोहने थन है। ਇਹਦੇ ਅੱਗੇ ਇੱਕ ਹੋਰ ਕੱਟੀ ਛੋਟੀ ਉਮਰ ਦੀ ਗੁਰਦਾਸੇ ਦੀ ਉਮਰ ਕਿੰਨੀ ਹੈ? 14 ਮਹੀਨੇ ਹੈ ਜੀ। ਰੇਟ ਇਹਦਾ? ਰੇਟ ਦਾ 16,000। ਇਹਨੂੰ ਵੀ ਤੋੜ ਦੇ ਬਾਈ, 16,000 ਰੇਟ ਆ ਤੇ 14 ਮਹੀਨੇ ਉਮਰ ਹੈ। ਸੰਭੀ ਬਹੁਤ ਸੋਹਣੀ ਹੈ, ਮੋਟੀ ਹੈ, ਰਾਜੀ ਹੈ, ਸਿੰਘ ਬਿਲਕੁਲ ਹੀ ਨਾਲ ਮੋੜਿਆ ਹੋਇਆ, 16,000 ਰੇਟ ਹੈ। ਥੱਲੋਂ ਸਾਫ਼ ਸੁਥਰੀ ਹੈ ਥਣਾਂ ਦੀ ਦੋਸਤੋ, ਚਾਰੇ ਥਣ ਇਹਦੇ, ਸਿੰਘ ਵੀ ਤੁਸੀਂ ਦੇਖੋਗੇ ਬਿਲਕੁਲ ਛੋਟਾ ਸਿੰਘ ਨਾਲ ਹੀ ਮੋੜਿਆ ਹੋਇਆ, ਇਹਦੇ ਥਣ ਜਿਹੜੇ ਹੈ ਉਹ ਵੀ ਤੁਸੀਂ ਦੇਖ ਲਓ। ਮੈਂ ਪਹਿਲਾਂ ਤੋਂ ਇਹ ਗੱਲ ਕਰਦਾ ਹੁੰਦਾ ਵੀ ਇਹ ਕੱਟੀਆਂ ਝੋਟੀਆਂ ਜਿਹੜੀਆਂ ਖਰੀਦਦੇ ਆ ਥੱਲੋਂ ਥਣਾਂ ਵੱਲੋਂ ਸਾਫ਼ ਸੁਥਰੀਆਂ ਹੀ ਖਰੀਦਦੇ ਆ। ਇੱਕ ਗੱਬਣ ਝੋਟੀ ਕਿੰਨਵਾਂ ਸੂਆ ਸੋਹਣਾ ਕਰਦਾ ਸੀ? ਇਹਨਾਂ ਦੂਜੇ ਸੋਹਣਾ ਹੀ ਹੋਣਾ, ਇੱਕ ਸੂਆ ਸੂਈ ਅੱਗੇ। ਠੀਕ ਹੈ, ਅੱਛਾ ਕਿੰਨੇ ਪਹਿਲੇ ਸੂਏ ਦਾ 12 ਲੀਟਰ ਦੁੱਧ ਕੱਢਿਆ ਜੀ। ਠੀਕ ਹੈ, ਹੁਣ ਕਿੰਨੇ ਚਿਰ ਦੀ ਗੱਬਣ? ਇਹ ਯਾਨੀ ਕਿ 8ਵੇਂ ਮਹੀਨੇ ਦੇ, ਯਾਨੀ ਕਿ 10 ਦਿਨ ਰਹਿ ਗਏ, 8 ਮਹੀਨੇ ਪੂਰਾ ਹੋਣ ਜੇ ਫਿਰ 9ਵਾਂ ਮਹੀਨਾ ਲੱਗ ਜੀ। 10 ਦਿਨਾਂ ਨੂੰ 9ਵਾਂ ਮਹੀਨਾ ਚੱਲ। ਹਾਂਜੀ ਹਾਂਜੀ 9ਵਾਂ। ਠੀਕ ਹੈ, ਯਾਨੀ 8ਵਾਂ ਜਿਹੜਾ ਉਹ ਨੇੜੀ ਹੈ ਇਹਦੇ 10 ਕੁ ਦਿਨ ਰਹਿੰਦੇ। ਠੀਕ ਹੈ, 7.5 ਤੋਂ ਉੱਪਰ ਹੋ ਗਈ। ਹਾਂਜੀ ਹਾਂਜੀ। ਕੀ ਰੇਟ ਰੱਖਿਆ ਇਹਦਾ? ਰੇਟ ਆਪਾਂ ਫੋਨ ਤੇ ਦੱਸਦੇ, ਇਹਦਾ ਫੋਨ ਤੇ ਦੱਸਾਂਗੇ। ਖੋਲੀਏ ਨੂੰ ਦੋਸਤੋ, 7.5 ਮਹੀਨਿਆਂ ਤੋਂ ਉੱਤੇ ਹੈ, 8ਵਾਂ ਮਹੀਨਾ 10 ਕੁ ਦਿਨ ਵੀਰ ਕਹਿੰਦਾ ਰਹਿੰਦਾ, ਉਦੋਂ ਬਾਅਦ 9ਵਾਂ ਸ਼ੁਰੂ ਹੋ ਜਾਣਾ, ਇਹਦਾ ਮਤਲਬ 2 ਮਹੀਨੇ ਤੇ 10 ਦਿਨ, 70 ਦਿਨ ਤੁਹਾਨੂੰ ਇਹ ਝੋਟੀ ਸਾਂਭਣੀ ਪਊਗੀ। ਕੱਦ ਕਾਠ ਚੰਗੇ ਦੀ ਹੈ, ਵੱਡੀ ਝੋਟੀ ਹੈ, ਪੂਛ ਜ਼ਰੂਰ ਇਹਦੀ ਵਾਈਟ ਦਿਸਦੀ ਹੈ ਥੋੜ੍ਹੀ ਹੇਠੋਂ ਜ਼ਿਆਦਾ, ਪਰ ਬਾਕੀ ਢਾਂਚਾ ਬਹੁਤ ਸੋਹਣਾ, ਚੰਗੀ ਸਾਂਭੀ ਵੀ। ਸੋ ਦੱਸੋ ਜਿਹੜਾ ਵੀਰ ਪਸੰਦ ਕਰੇ, ਸਹੀ ਹੈ, ਬਹੁਤ ਸੋਹਣੀ ਝੋਟੀ ਤੁਸੀਂ ਦੇਖ ਰਹੇ ਹੋ ਦੋਸਤੋ ਸਾਹਮਣੇ, ਜਿਹਨੂੰ ਪਸੰਦ ਆਵੇ ਤਾਂ ਤੁਸੀਂ ਕਾਲ ਕਰਨੀ ਹੈ। ਗੱਬਣ ਤੋਕੜ ਗੱਬਣ ਝੋਟੀ ਢਾਂਚੇ ਦੀ ਬਹੁਤ ਸੋਹਣੀ, ਉਹ ਕਲੀਅਰ ਸਾਹਮਣੇ ਖੜੀ ਹੈ ਅਤੇ ਤੁਸੀਂ ਕਲੀਅਰ ਇਹਨੂੰ ਦੇਖ ਰਹੇ ਹੋ। ਥਣ ਤੁਹਾਨੂੰ ਦਿਖਾਊਂਗਾ, ਸੋਹਣੇ ਥਣ ਹੈ ਇਹਦੇ, ਦੁੱਧੋਂ ਇਸ ਟਾਈਮ ਇਹ ਡਰਾਈ ਹੈ, ਪਹਿਲਾ ਸੂਆ 12 ਕਿਲੋ ਦੁੱਧ ਵੀਰ ਕਹਿੰਦਾ ਵੀ ਇਹਨੇ ਦਿੱਤਾ ਜਿਹੜਾ ਮਾਲਕਾਂ ਨੇ ਦੱਸਿਆ। ਰੇਟ ਇਹਦਾ ਫੋਨ ਤੇ ਹੋਊਗਾ, ਜਿਹਨੂੰ ਪਸੰਦ ਆਵੇ ਕਾਲ ਉਹਨੇ ਕਰਨੀ ਹੈ, ਬਿਲਕੁਲ ਇੱਕੋ ਜਿਹੇ ਥਣ ਦਿਸਣਗੇ, ਕੋਈ ਫਰਕ ਨਹੀਂ ਦਿਸਦਾ ਥਣਾਂ ਦੇ ਵਿੱਚ, ਬਾਹਰ ਥਣਾਂ ਲੈਂਦਾ ਇਹ ਥੋੜਾ ਉੱਪਰਾ ਬਣਾਉਂਦਾ। ਜੋ ਇੱਥੋਂ ਤੁਸੀਂ ਇਹਦੇ ਚਾਰੇ ਥਣ ਦੇਖ ਲਓ, ਢਾਂਚਾ ਦੱਸੋ ਝੋਟੀ ਦਾ ਸੋਹਣਾ। ਸੋ ਇਹਦਾ ਰੇਟ ਫੋਨ ਤੇ ਹੋਊ ਤੇ ਬਾਕੀ 2 ਨਾਗ ਛੋਟੇ ਤੁਹਾਨੂੰ ਦਿਖਾਤੇ ਆ, ਤੁਹਾਨੂੰ ਜਿਹੜਾ ਪਸ਼ੂ ਚੰਗਾ ਲੱਗੇ ਉਹੀ ਖਰੀਦ ਲਿਓ। ਨੰਬਰ ਦੱਸੋ ਵੀਰ ਦਾ ਸਕਰੀਨ ਉੱਤੇ ਲੱਗਾ, ਮਿਹਰਬਾਨੀ।